ਫਿਰੋਜ਼ਪੁਰ ਸ਼ਹਿਰ ਦੇ ਵਿੱਚ ਦਿਨ ਬ ਦਿਨ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ। ਫਿਰੋਜ਼ਪੁਰ ਦੇ SD ਸਕੂਲ ਨੇੜੇ ਸਤਸੰਗ ਤੋਂ ਵਾਪਸ ਆ ਰਹੀ ਔਰਤ ਦਾ ਮੋਟਰਸਾਈਕਲ ਚੋਰਾਂ ਨੇ ਚਪਟ ਲਿਆ ਅਤੇ ਮੌਕੇ ਤੇ ਇਕੱਠੇ ਹੋਏ ਲੋਕ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ ਸ਼ਹਿਰ ਦੇ ਵਸਨੀਕ ਨਿਤ ਦਿਨ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਹਨ ਤੇ ਔਰਤਾਂ ਨੇ ਚੋਰਾਂ ਤੇ ਸ਼ਿਕੰਜਾ ਕੱਸਣ ਦੀ ਵੀ ਮੰਗ ਕੀਤੀ ਹੈ। ਡਿਊਟੀ ਲਾਉਣ ਆਪਣਾ ਪੁਲਿਸ ਵਾਲੇ, ਪਤਾ ਲੱਗੇ ਵੀ ਕੌਣ ਕਰਦਾ ਕਿਵੇਂ ਕਰਦਾ ਹੈ। ਇਸ ਤਰ੍ਹਾਂ ਦਾ ਫਿਰ ਘਰ ਚੋਂ ਬਾਹਰ ਨਿਕਲਣਾ ਲੇਡੀ ਲਈ ਤਾਂ ਬਹੁਤ ਔਖਾ ਹੈ। ਅਸੀਂ ਤਾਂ ਸਿਰਫ ਸਾਸਾਂ ਤੇ ਗਏ ਹਾਂ, ਨਾ ਕਿ ਅਸੀਂ ਕਈ ਹੋਰਾਂ ਪਰ ਅੱਗੇ ਦਿਖੇ ਕਿਤੇ। ਅਸੀਂ ਫੋਨ ਆਸ ਪਾਸ ਕੋਈ ਕੈਮਰੇ ਲੱਗੇ ਹੀ ਨਹੀਂ ਹੋਏ, ਕੋਈ ਉੱਥੇ ਕਿਹੜੇ ਕੁਝ ਕੋਈ ਕੈਮਰਾ ਨਹੀਂ ਲੱਗਾ, ਕੋਈ ਡਿਊਟੀ ਨਹੀਂ, ਕੋਈ ਕੁਛ ਨਹੀਂ। SD ਸਕੂਲ ਦੇ ਕੋਲ ਕਿਹੜਾ ਕੈਮਰਾ ਲੱਗਾ ਹੋਇਆ? ਮੰਦਰਾਂ ਦੇ ਸਾਹਮਣੇ, ਮੰਦਰਾਂ ਦੇ ਕੋਲ ਆਸ ਪਾਸ ਡਿਊਟੀ ਹੋਣੀ ਚਾਹੀਦੀ ਹੈ। ਦੇਖੋ ਲੇਡੀਜ਼ ਸਾਸਾਂ ਜਾ ਰਹੀ ਹੈ ਅਤੇ ਸਾਸਾਂ ਜਾਂਦੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਅਤੇ ਉਵੇਂ ਕੀ ਹਾਲ ਹੋਏਗਾ? ਚੋਰੀਆਂ ਚੱਕੀਆਂ ਤਾਂ ਬਹੁਤ ਹੋ ਰਹੀਆਂ। ਇਹ ਮੀਟਿੰਗ ਜੀ ਸ਼ਹਿਰ 'ਚ ਬੜੇ ਹਾਲਾਤ ਖਰਾਬ ਨੇ ਜੀ, ਉਹਦੇ ਬਾਰੇ ਕੋਈ ਡਕੈਤ ਲੁੱਟਾਂ ਖੋਹਾਂ ਕੋਈ ਪਰਸ ਖੋਹ ਲੈਂਦੇ ਲੇਡੀਜ਼ ਦਾ, ਹਰ ਕਿਸੇ ਨੂੰ ਲੋਕ ਪਰੇਸ਼ਾਨ ਨੇ। ਇਸ ਬਾਰੇ ਅਸੀਂ ਸਨਾਤਨ ਧਰਮ ਯੋਗ ਸਭਾ ਮੰਦਿਰ 'ਚ ਮੀਟਿੰਗ ਰੱਖੀ ਹੈ। ਪੁਲਿਸ 'ਚ ਗਿਆ ਜੀ। ਕੀ ਕਹਿੰਦੇ ਪੁਲਿਸ? ਅਸੀਂ SSO ਸਾਹਿਬ ਆਪ ਹਰਿੰਦਰ ਸਿੰਘ ਚਮੇਲੀ ਜੀ ਆਏ ਨੇ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਇੱਕ ਦੋ ਦਿਨਾਂ 'ਚ ਸਾਰੇ ਬੰਦੇ ਫੜ ਕੇ ਤੁਹਾਨੂੰ ਇਨਸਾਫ ਦਵਾਇਆ ਜਾਏਗਾ ਸ਼ਹਿਰ ਵਾਸੀਆਂ ਨੂੰ। ਲੇਡੀਜ਼ ਸੀਗੀ ਜੀ, ਉਹ ਮੰਦਰ ਤੋਂ ਮੱਥਾ ਟੇਕ ਕੇ ਜਾ ਰਹੀ ਸੀ, ਜਿਹੜਾ ਉਹਦਾ ਪਰਸ ਸੀਗਾ, ਤਿੰਨ ਬੰਦੇ ਮੋਟਰਸਾਈਕਲ 'ਤੇ ਆਏ, ਉਹ ਪਰਸ ਖੋਹ ਕੇ ਲੈ ਗਏ। ਹਾਂਜੀ, ਇਕੱਲਾ ਪਰਸ ਸੀ ਜੀ, ਅਤੇ ਉਹਦੇ ਸੰਬੰਧ 'ਚ ਮੈਂ ਹੁਣ ਇੱਥੇ ਜਿਹੜੇ ਇੱਥੋਂ ਦੇ ਜਿੰਨੇ ਵੀ ਦੁਕਾਨਦਾਰ ਨੇ ਸਾਰੇ ਅਸੀਂ ਆਪਸ ਵਿੱਚ ਦੀ ਮੀਟਿੰਗ ਕੀਤੀ ਆ, ਮੀਟਿੰਗ ਕਰਕੇ ਜੋ ਵੀ ਇਹਨਾਂ ਦੀ ਰਾਏ ਵੀ ਲਈ ਗਈ, ਆਪਦੀ ਵੀ ਦੱਸੀ ਆ, ਅਸੀਂ ਹੁਣ ਰਲ ਮਿਲ ਕੇ ਜਿਹੜਾ ਅਗਲਾ ਇੱਥੇ ਜੋ ਵੀ ਕਰਨਾ ਜਾਂ ਪਹਿਰਾ ਲਾਉਣਾ ਜਾਂ ਜੋ ਫੋਰਸ ਡਿਵੈਲਪ ਕਰਨੀ ਹੈ ਇੱਥੇ, ਉਹ ਸਾਰਾ ਇਹਨਾਂ ਦੀ ਰਲ ਮਿਲ ਕੇ ਅਸੀਂ ਜਿਹੜਾ ਅਗਲਾ ਐਕਸ਼ਨ ਲਿਆਵਾਂਗੇ।